ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸੋ ਸਾਰੇ ਵਧੀਆ ਹੋਵੋਗੇ। ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਸੋ ਗਾਈਜ਼, ਅੱਜ ਆ 30 ਅਗਸਤ, ਮੇਰੇ ਬਰਥਡੇ ਦੇ ਨਾਲ ਨਾਲ, ਮੇਰੇ ਬਰਥਡੇ ਦੇ ਨਾਲ ਨਾਲ ਰੱਖੜੀ ਵੀ ਆ, ਮੇਰੀ ਰੱਖੜੀ ਕਹਿਣ ਲੱਗੀ ਸੀ। ਚਲੋ, ਜਿਹੜਾ ਬਰਥਡੇ ਦਾ ਇੱਕ ਸੈਪਰੇਟ ਵਲੋਗ ਆ ਮੇਰੇ ਹਿਸਾਬ ਨਾਲ, ਹੁਣ ਉਹ ਦੋਣਗੇ, ਕਿਉਂਕਿ ਇਹਨਾਂ ਨੇ ਰਾਤੀ ਮੈਨੂੰ ਬੜਾ ਵਧੀਆ ਸਰਪ੍ਰਾਈਜ਼ ਜਿਹਾ ਕੀਤਾ। ਤੁਸੀਂ ਵਲੋਗ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ। ਇਹਦੇ 'ਚ ਆਪਾਂ ਬਰਥਡੇ ਦੀ ਕੋਈ ਖਾਸ ਜ਼ਿਆਦਾ ਗੱਲ ਨਹੀਂ ਕਰਨੀ, ਬਸ ਤੁਹਾਨੂੰ ਮੈਂ ਇੰਨਾ ਦੱਸੂੰਗੀ ਕਿ ਬਰਥਡੇ ਦੇ 2 ਵਲੋਗ ਆਉਣੇ ਆ, ਇੱਕ ਰਾਤ ਵਾਲਾ ਸੈਲੀਬ੍ਰੇਸ਼ਨ, ਇੱਕ ਜਿਹੜਾ ਸੀ ਅੱਜ ਦਿਨੇ ਸੈਲੀਬ੍ਰੇਸ਼ਨ ਕਰਨਾ, ਉਹ ਅਤੇ ਆਹ ਰੱਖੜੀ ਦਾ ਵਲੋਗ ਆ। ਇਹ ਪੂਰਾ ਹੀ ਰੱਖੜੀ 'ਤੇ ਆ, ਠੀਕ ਆ। ਅਤੇ ਬਸ ਰਾਤੀ ਲਾਈਕ ਇਹਨਾਂ ਨੇ ਕੀ ਦੱਸਾਂ ਮੈਂ ਤੁਹਾਨੂੰ, ਸਪਰੇਆਂ ਦੇ ਨਾਲ ਉਹ ਜਲੂਸ ਕੱਢਦੇ ਆ ਨਾ ਇਹ ਅਗਲੇ ਬੰਦੇ ਦਾ, ਵੀ ਉਹ ਹੱਦ ਸਾਹਿਬ ਨੇ। ਉਹ ਤੁਸੀਂ ਵਲੋਗ ਦੇਖੋਗੇ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਸਮਝ ਲੱਗਣਾ ਵਾ। ਅਤੇ ਮੈਂ ਸਵੇਰ ਦੇ ਬੜੇ ਕੰਡ ਕਰਤੇ, ਉਹ ਸੁੱਤੀ ਉੱਠੀ ਨੇ ਰਸੋਈ 'ਚ, ਪਤਾ ਨਹੀਂ ਕੀ ਕਰਨ ਗਈ, ਅਤੇ ਮੈਂ ਆਪਣੇ ਕੱਪੜਿਆਂ 'ਤੇ ਹਲਦੀ ਡੋਲ ਲਈ। ਵਾਓ, ਪਤਾ ਨਹੀਂ ਮੇਰਾ ਦਿਮਾਗ ਸੁਰਤ ਬੁਰਤ ਕਿੱਥੇ ਲੱਗੀ ਆ, ਫੋਨ ਟੂੰ ਟੂੰ ਕਰੀ ਜਾਂਦਾ, ਇੱਕ ਮਿੰਟ ਵੀ ਨੈੱਟ ਔਨ ਕੀਤਿਆਂ ਨਹੀਂ ਸਰਨਦਿਆ, ਨੋਟੀਫਿਕੇਸ਼ਨ 'ਤੇ ਨੋਟੀਫਿਕੇਸ਼ਨ, ਨੋਟੀਫਿਕੇਸ਼ਨ 'ਤੇ ਨੋਟੀਫਿਕੇਸ਼ਨ। ਸੋ ਫਸਟ ਆਫ ਆਲ ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ ਸਾਰਿਆਂ ਨੂੰ ਇੰਨੀਆਂ ਪਿਆਰੀਆਂ ਪਿਆਰੀਆਂ ਵਿਸ਼ ਕਰਨ ਲਈ, ਇੰਨਾ ਜ਼ਿਆਦਾ ਬਲੈਸਿੰਗ ਦੇਣ ਲਈ, ਥੈਂਕ ਯੂ ਸੋ ਮਚ ਗਾਈਸ। ਬਾਕੀ ਮੈਂ ਇਹ ਜਿਹੜਾ ਆਪਣਾ ਬਰਥਡੇ ਦਾ ਸੈਪਰੇਟ ਵਲੋਗ ਬਣਾਉਂਗੀ, ਉਹਦੇ 'ਚ ਆਪਾਂ ਜ਼ਿਆਦਾ ਗੱਲ ਕਰਾਂਗੇ ਬਰਥਡੇ ਦੀ। ਸੋ ਇਹ ਆਪਣਾ ਆਲ ਅਬਾਊਟ ਰੱਖੜੀ। ਸਭ ਤੋਂ ਪਹਿਲਾਂ ਰਾਜੇ ਨੂੰ ਆਈ ਰੀਅਲੀ ਮਿਸ ਯੂ। ਰਾਤੀ ਰਾਜੇ ਦੀ ਮੈਨੂੰ ਵੀਡੀਓ ਕਾਲ ਆਈ ਸੀ ਲਾਈਕ 1-2 ਵਜੇ, ਪਹਿਲਾਂ ਉਹਨੇ ਮੈਨੂੰ 12 ਵਜੇ ਵਿਸ਼ ਕੀਤੀ, 2 ਵਜੇ ਦੀ ਫਿਰ ਮੈਨੂੰ ਵੀਡੀਓ ਕਾਲ ਆਈ, ਅਤੇ ਹੀ ਇਜ਼ ਲਾਈਕ ਮੈਂ ਰੋਣ ਵਾਲਾ ਵਾਂ, ਪਤਾ ਉਦੋਂ ਇੰਨਾ ਫੀਲ ਜਿਹਾ ਹੋਇਆ ਨਾ, ਹਾਏ ਵਿਚਾਰਾ ਇਕੱਲਾ। ਚੱਲ ਕੋਈ ਨਹੀਂ, ਹਿੰਮਤ ਰੱਖ ਯਾਰ, ਆ ਜਾਣਾ ਮੈਂ ਵੀ ਇੱਦਾਂ ਗਈ ਜਾਵੇ। ਅਤੇ ਰਾਤੀ ਪਹਿਲਾਂ ਉਹਨੇ ਰਵਾਇਆ ਮੈਨੂੰ, ਛੱਡੋ ਠੀਕ ਆ, ਆਈ ਰੀਅਲੀ ਮਿਸ ਯੂ। ਬਸ ਮੈਂ ਤੈਨੂੰ ਇਹੀ ਕਹਿਣਾ ਚਾਹੂੰਗੀ, ਮੈਂ ਤੈਨੂੰ ਬੜੀ ਯਾਦ ਆਈ। ਹੁਣ ਮੈਂ ਲੱਗੀ ਹਾਂ ਨਹਾਉਣ, ਮੈਨੂੰ ਲੱਗਦਾ 9 ਵੱਜ ਕੇ ਹੋਣੇ ਆ, ਅਤੇ ਮੈਂ ਇੱਦਾਂ ਹੀ ਤੁਰੀ ਫਿਰਦੀ ਹਾਂ। ਜੇ ਮੰਨ ਲਓ ਮੇਰੇ ਘਰ ਕੋਈ ਆ ਜਾਵੇ ਤਾਂ ਮੈਨੂੰ ਕੀ ਕਹਿਣਗੇ, ਵੀ ਕੱਪੜਿਆਂ 'ਤੇ ਮੈਂ ਹਲਦੀ ਡੋਲ ਕੇ ਬੈਠੀ ਹਾਂ। ਕੁਛ ਨਹੀਂ ਯਾਰ, ਮੇਰਾ ਵੀ ਪਤਾ ਨਹੀਂ ਮੇਰਾ ਸੁਰਤ ਬੁਰਤ ਕਿੱਥੇ ਲੱਗੀ ਆ। ਅਤੇ ਹੁਣ ਮੈਂ ਪਹਿਲਾਂ ਨਵਾਂ ਨਾ, ਅੱਗੇ ਪਿੱਛੇ ਪਿੰਪਲ ਨਹੀਂ ਹੋਏ ਅਤੇ ਕੱਲ੍ਹ ਦੇ ਪਿੰਪਲ ਹੋਣੇ ਸ਼ੁਰੂ ਹੋ ਗਏ। ਵਾਓ, ਮਤਲਬ ਕਿ ਸਹੀ ਕਿਹਾ ਕਿਸੇ ਨੇ ਕਿ ਪਿੰਪਲ ਉਦੋਂ ਹੀ ਆਉਂਦੇ ਆ ਜਦੋਂ ਕੋਈ ਫੰਕਸ਼ਨ ਵਗੈਰਾ ਹੋਵੇ। ਅੱਜ ਵੀ ਬਰਥਡੇ 'ਤੇ ਵਿਸ਼ 'ਤੇ ਵਿਸ਼ ਆਉਂਦੀ ਆ, ਮੇਰਾ ਧਿਆਨ ਨਾਲ ਇੱਥੇ ਜਾਂਦਾ ਕਿ ਕਿਹਦੀ ਵਿਸ਼ ਆ ਗਈ। ਚਲੋ ਛੱਡੋ ਇਹ ਸਭ, ਇਗਨੋਰ, ਬਰਥਡੇ ਬਾਅਦ 'ਚੋਂ ਵੇਖਾਂਗੇ, ਸਭ ਤੋਂ ਪਹਿਲਾਂ ਆਪਾਂ ਰੱਖੜੀ ਵੇਖੀਏ। ਅਤੇ ਹੁਣ ਮੈਂ ਲੱਗੀ, ਪਹਿਲਾਂ ਮੈਂ ਨਹਾ ਕੇ ਫਿਰ ਮੈਂ ਤਿਆਰ ਹੋ ਕੇ, ਅਤੇ ਜਿਨ੍ਹਾਂ ਨੂੰ ਮੈਂ ਰੱਖੜੀਆਂ ਬੰਨਣੀਆਂ ਉਹ ਤਾਂ ਸੱਚ ਅੱਜ ਸੁੱਤੇ ਆ। ਵਾਓ, ਅੱਜ ਸਾਡੇ ਘਰ ਗਾਈ ਸਪੈਸ਼ਲ ਸਪੈਸ਼ਲ ਰੋਟੀ ਬਣਨ ਲੱਗੀ, ਸਪੈਸ਼ਲ ਸਪੈਸ਼ਲ। ਹੁਣ ਇਹ ਮੈਨੂੰ ਨਹੀਂ ਪਤਾ ਕਿ ਮੇਰੇ ਬਰਥਡੇ ਦੇ ਚਾਹ ਦੇ ਵਿੱਚ ਆ ਕਿ ਰੱਖੜੀ ਦੇ ਚਾਹ ਦੇ ਵਿੱਚ ਆ, ਜੋ ਵੀ ਆ ਦੋਵਾਂ 'ਚ ਫਾਇਦਾ ਮੇਰਾ ਹੀ ਆ, ਜਿਹੜੇ ਮਰਜ਼ੀ ਚਾਹ 'ਚ ਹੋਵੇ, ਕਿਉਂਕਿ ਦੋਵੇਂ ਤਿਆਰ ਮੇਰੇ ਲਈ ਹੀ ਆ। ਅਤੇ ਉਹਨੇ ਮੈਂ ਪਹਿਲਾਂ ਲਵਾਂ ਨਾ, ਅਤੇ ਫਿਰ ਮੈਂ ਤੁਹਾਨੂੰ ਮਿਲਦੀ ਹਾਂ, ਅਤੇ ਬਾਕੀ ਸਾਰਿਆਂ ਨਾਲ ਵੀ ਮਨਾਉਂਦੇ ਹਾਂ। ਅਤੇ ਗਾਈਸ, ਨਾ ਮੈਂ ਲਿਆ ਵਾ, ਟਾਈਮ ਵੇਖ ਦੱਸਦੀ ਮੈਂ ਤੁਹਾਨੂੰ, ਕਿੰਨਾ ਹੋ ਗਿਆ, 11 ਵੱਜ ਗਿਆ, ਅਤੇ ਅਜੇ ਤੱਕ ਅਸੀਂ ਰੱਖੜੀਆਂ ਨਹੀਂ ਬੰਨੀਆਂ। ਮਤਲਬ ਕਿ ਮੁੰਡੇ ਸਾਡੇ ਨੂੰ ਮਾਸਾ ਨਹੀਂ ਹੈਗੀ, ਅੱਜ ਰੱਖੜੀ ਆ, ਅਸੀਂ ਘਰ ਰਹੀਏ ਹੈ ਨਾ, ਭੈਣ ਤੋਂ ਰੱਖੜੀ ਬਣਵਾਈਏ, ਕੋਈ ਮਤਲਬ ਨਹੀਂ, ਮਜ਼ੇ ਨਾਲ ਸਾਰੇ ਜਣੇ ਮੈਚ ਖੇਡਣ ਗਏ, ਅਤੇ ਅੰਦਰ ਅਸੀਂ ਮੈਚ ਖੇਡ ਕੇ ਆਣ ਕੇ ਫਿਰ ਰੱਖੜੀਆਂ ਬਣਵਾਵਾਂਗੇ। ਅਤੇ ਮੈਂ ਜਿਹੜੀ ਟੀ ਸ਼ਰਟ ਲੈ ਕੇ ਆਈ ਸੀ ਉਹ ਮੈਨੂੰ ਥੋੜ੍ਹੀ ਛੋਟੀ ਸੀ, ਠੀਕ ਆ, ਅਤੇ ਹੁਣ ਮੈਂ ਸੋਚਣ ਡਈ ਮੈਂ ਕੀ ਪਾਵਾਂ, ਅਤੇ ਮੈਨੂੰ ਯਾਦ ਆਇਆ ਕਿ ਗੁਰੀ ਨੇ ਵੀ ਸ਼ਰਟਾਂ ਲਿੱਤੀਆਂ ਸੀ, ਸੋ ਯਾਰ ਮੈਂ ਉਹਦੀ ਕੱਢ ਕੇ ਪਾ ਲਈ ਆ, ਜੇ ਉਹਨੂੰ ਪਤਾ ਲੱਗ ਗਿਆ ਠੀਕ ਆ, ਜੇ ਨਹੀਂ ਲੱਗਾ ਤਾਂ ਤਾਂ ਵੀ ਠੀਕ ਆ, ਜੇ ਤਾਂ ਪਤਾ ਲੱਗ ਗਿਆ ਫਿਰ ਤਾਂ ਮੇਰੀ ਬਹੁਤ ਬੇਇੱਜ਼ਤੀ ਹੋਣੀ ਆ। ਅਤੇ ਜਿਹੜੀ ਕਿ ਸ਼ਾਇਦ ਹੋ ਵੀ ਸਕਦੀ, ਸ਼ਾਇਦ ਨਹੀਂ ਵੀ ਹੋ ਸਕਦੀ, ਕਿਉਂਕਿ ਅੱਜ ਮੇਰਾ ਜਨਮ ਦਿਨ ਹੈ ਔਰ ਰੱਖੜੀ ਵੀ ਹੈ, ਸੋ ਬਾਕੀ ਦੇਖੋ ਕੀ ਬਣਦਾ ਵਾ। ਮੈਂ ਬਸ ਕੱਢ ਕੇ ਪਾ ਲਈ ਬਿਨਾਂ ਪੁੱਛੇ ਕਿਸੇ ਉਹਦੇ ਤੋਂ, ਆਪਣਾ ਰਾਜ। ਅਤੇ ਹੁਣ ਮੈਂ ਤੁਹਾਨੂੰ ਵਿਖਾਉਂਦੀ ਹਾਂ ਸਾਡੇ ਘਰ ਕੀ ਬਣਿਆ ਵਾ, ਪੂੜੀਆਂ ਨਾਲ ਚਣੇ, ਚਿੱਟੇ ਚਣੇ ਬਣੇ ਮੇਰੇ ਹਿਸਾਬ ਨਾਲ, ਮੈਂ ਕਿਹੜੀ ਸਕੂਲ ਖਾਧੇ ਸੀ ਚਿੱਟੇ ਚਣੇ, ਇੰਨੇ ਸਵਾਦ ਸੀ ਨਾ, ਸਾਡੀ ਦੋਸਤ ਵੀ ਪਤਾ ਨਹੀਂ ਲੈ ਕੇ ਆਇਆ ਸੀ, ਬਹੁਤ ਸਵਾਦ ਸੀ, ਜਿਹੜੇ ਵੀ ਲਿਆਉਂਦੀ ਬਹੁਤ ਬਹੁਤ ਧੰਨਵਾਦ। ਅਤੇ ਚਲੋ ਹੁਣ ਮੈਂ ਰੋਟੀ ਖਾ ਲਾ, ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਆ, ਅਤੇ ਫਿਰ ਮੈਂ ਮੱਥਾ ਟੇਕ ਆਵਾਂ ਬਾਬੇ ਦੇ, ਅਤੇ ਫਿਰ ਜਦੋਂ ਵੀਰ ਜੀ ਹੁਣੀ ਆ ਜਾਣਗੇ ਘਰ ਤਾਂ ਅਸੀਂ ਰੱਖੜੀਆਂ ਬੰਨ ਲਾਂਗੇ, ਉਹਨਾਂ ਤੱਕ ਸਿਰਫ ਅਸੀਂ ਵੇਟ ਹੀ ਕਰ ਸਕਦੇ ਹਾਂ। ਓਕੇ ਗਾਈਸ, ਹੈਲੋ ਗਾਈਸ, ਮੇਰੀ ਬੇਇੱਜ਼ਤੀ ਹੋਣ ਡਈ, ਮੈਂ ਸੋਚਿਆ ਸੀ ਅੱਜ ਦਾ ਦਿਨ ਮੇਰਾ ਜਨਮ ਦਿਨ ਆ, ਰੱਖੜੀ ਆ, ਤੇ ਚੁੱਪ ਕਰ ਜਾ, ਓਵਰ ਐਕਟਿੰਗ ਕਰਨ ਨੂੰ ਤੇ ਮੈਂ ਕਿਹਾ ਹੀ ਨਹੀਂ ਸੀ।
ਰੱਖੜੀ ਬਣਵਾ ਲਈਏ, ਇਹਨਾਂ ਨੂੰ ਮੈਚ ਪਿਆਰੇ ਆ ਕਿ ਅਸੀਂ ਮੈਚ ਖੇਡ ਲਈਏ, ਸਾਡੇ ਮੈਚ ਨਾ ਰਹਿ ਜਾਣ। ਤੁਸੀਂ ਰੱਖੜੀ ਬਣਵਾਉਣੀ ਕਿ ਨਹੀਂ ਬਣਵਾਉਣੀ? ਹਾਂ ਜਾਣਾ ਮੈਨੂੰ ਬੁਲਾਉਣਾ ਹੀ ਨੀ ਆ, ਪਰ ਮੈਨੂੰ ਫਿਰ ਰਾਤ ਤੋੜਨਾ ਵਾ। ਇਹ ਡਰਾਇੰਗ ਰੂਮ ਚ ਸੌਂਦਾ ਸੋਫਿਆਂ ਤੇ, ਇੱਕ ਇਹਨੇ ਉਹ ਤੋੜਿਆ ਸੀ, ਇਹਨੂੰ ਕਹਿੰਦੇ ਆ ਟੇਬਲ, ਕੱਚ ਦਾ ਅੱਡੀ ਤੇ ਜਾਣੀ ਚਾਹੀਦੀ ਸੀ। ਤੁਹਾਨੂੰ ਸੱਜ ਨੂੰ ਵੀਡੀਓ ਦੀ ਗੱਲ ਦੱਸਣ ਲਈ, ਉਹ ਮੈਨੂੰ ਇੰਨੀ ਸੀਰੀਅਸ ਵਾਲਾ ਲੜਿਆ ਸੀ ਨਾ, ਮੈਨੂੰ ਨਹੀਂ ਲੱਗਦਾ। ਗਾਇਦਾ ਸਾਡੀ ਮੰਮੀ ਆ, ਇਹ ਪਿਛਲੇ 3 ਮਹੀਨੇ ਤੱਕ ਗਵਾਚੀ ਸੀ ਤੇ ਸਾਨੂੰ ਅਚਾਨਕ ਹੀ ਲੱਭ ਗਈ। ਕਿੱਥੇ ਮੰਮੀ, ਕਿੱਥੇ ਗਈ? ਗੁੰਮਸ਼ੁਦਾ ਹੋਈ ਸੀ। ਗਾਇਦਾ ਨੂੰ ਥੋੜ੍ਹੇ ਦਿਨਾਂ ਨੂੰ ਹੀ ਆਪਣੇ ਨਹੀਂ ਦੱਸ ਸਕਦੇ ਇਹ ਕੀ ਨਹੀਂ ਦੱਸ ਸਕਦੇ, ਪਰਸਨਲ ਸੀਕ੍ਰੇਟ। ਅੱਛਾ ਠੀਕ ਆ, ਚਲੋ ਹੁਣ ਮੈਂ ਫਿਰ ਤੋਂ ਬਹਿ ਗਈ ਹਾਂ। ਜਦੋਂ ਇਹ ਵਿਹਲੇ ਗਰਾਉਂਡੋ ਵਿਹਲੇ ਹੋ ਜਾਣਗੇ ਤੇ ਫਿਰ ਇਹਨਾਂ ਦੇ ਆਪਾਂ ਰੱਖੜੀਆਂ ਬੰਨਾਂਗੇ। ਲੋਕੀ ਭੈਣਾਂ ਦੇ ਹਿਸਾਬ ਨਾਲ ਚੱਲਦੇ ਆ ਤੇ ਇੱਥੇ ਭੈਣ ਨੂੰ ਭਰਾਵਾਂ ਦੇ ਹਿਸਾਬ ਨਾਲ ਚਲਾਉਣਾ ਪੈਂਦਾ ਵਾ। ਇਸ ਤੋਂ ਚੰਗਾ ਰਾਜਾ ਸੀ ਜਿਹੜਾ ਹਰ ਵਾਰੀ ਟਾਈਮ ਤੇ ਆਪਣਾ, ਜਿਹੜਾ ਉਹਨੂੰ ਮੈਂ ਟਾਈਮ ਦਿੱਤਾ ਹੁੰਦਾ ਸੀ ਉਸ ਟਾਈਮ ਤੇ ਕੋਈ ਪਹੁੰਚ ਹੀ ਜਾਂਦਾ ਸੀ। ਉਹ ਵੀ ਤੁਹਾਡੇ ਨਾਲ ਹੀ ਖੇਡਦਾ ਹੁੰਦਾ ਸੀ। ਉਵੇਂ ਬੰਦਾ ਮਰਜੂ, ਪਰ ਇਹਨਾਂ ਨੇ ਆਪਣਾ ਮੈਚ ਨਹੀਂ ਜੋ ਛੱਡਣਾ। ਓਕੇ ਬਾਏ, ਇੱਕ ਦਫਾ ਉਹ ਤੁਸੀਂ ਰੱਖੜੀ ਬਣਵਾਉਣੀ ਕਿ ਨਹੀਂ? ਮੈਂ ਲਾਸਟ ਦੀ ਪੁੱਛਣਾ ਯਾਰ, ਤੇਰਾ ਮੇਰਾ ਆਰਡਰ ਸੀ ਨਾ, ਫਲਿੱਪਕਾਰਟ ਦਾ ਫੋਨ ਆਇਆ, ਉਹ ਕਹਿੰਦਾ ਮੈਂ ਭਾਜੀ ਮੈਂ 1 ਵਜੇ ਤੁਹਾਡੇ ਕੋਲ ਆਜੂਗਾ। ਤੇ ਯਾਰ ਤੁਸੀਂ ਉਹ ਰਾਤੀ ਦੇ ਦਿਓ, ਬਰਥਡੇ ਤੇ ਦੇ ਦਿਓ। ਰੱਖੜੀ ਦਾ ਵਾ ਤੇ ਫਿਰ ਬਰਥਡੇ ਤੇ ਕੀ ਦੇਣਾ? ਉਹ ਵੇਲੇ ਅੱਧ ਕਰ ਲਈ ਨਾ। ਆਹੋ ਯਾਰ ਤੁਸੀਂ ਰੱਖੜੀ ਬਣਵਾਉਣੀ ਯਾਰ, ਵੇਲਾ ਮੇਰਾ ਭਰਾ ਇੰਨਾ ਚੰਗਾ, ਇੰਨਾ ਚੰਗਾ ਹੈ ਤੇ ਯਾਰ ਕਹਿੰਦਾ ਹੱਲਾ, ਮੈਂ ਮਜ਼ਾਕ ਵਾਲੀ ਗੱਲ ਨਹੀਂ ਹੈ ਤੇ ਅਰਗਾ ਭਰਾ, ਰੱਬ ਸਾਰਿਆਂ ਨੂੰ ਦੇਵੇ, ਤੇਰੇ ਵਰਗਾ ਕਿਸੇ ਨੂੰ ਨਾ ਦੇਵੇ, ਮੇਰੇ ਅਰਗਾ ਨਾ ਦੇਵੇ। ਸਹੀ ਗੱਲ ਹੈ, ਮੈਂ ਤਾਂ ਕਿਹਨਾਂ ਦਾ ਵੇਚ ਕੇ ਖਾਇਆ। ਇੰਨਾ ਬੰਦਾ ਚੰਗਾ ਹੀਰਾ ਬੰਦਾ, ਇਹ ਕਿਹਨਾਂ ਦੇ ਤਰੀਫਾਂ ਦੇ ਪੁੱਲ ਬੰਦੀ, ਇਹ ਵੇਲਾ ਗਰੀਬ ਤੋਂ ਫੋਨ ਹੈਗਾ, ਮੈਂ ਤੋਏ ਤੱਕ ਨਹੀਂ ਮੰਗਿਆ ਤੇ ਨਾ ਮੰਗਿਆ ਨਹੀਂ, ਕੱਪੜੇ ਨਹੀਂ ਮੰਗਦਾ, ਨਾ ਨਾ ਜਮਾ ਨਹੀਂ ਮੰਗਦਾ, ਨਹੀਂ ਨਾ ਨਾ ਨਹੀਂ ਮੰਗਦਾ ਇਹ, ਨਹੀਂ ਨਹੀਂ ਕੋਈ ਨਾ ਸ਼ੇਰਾ, ਟੈਨਸ਼ਨ ਨਾ ਲੈ, ਗੱਡੀਆਂ ਦੀ ਲਾਈਨ ਲਾ ਦੇ ਘਰ ਦੇ ਕੋਲ, ਗੱਡੀਆਂ ਦੀ ਲਾਈਨ। ਇਹ ਕੀ ਸੀ? ਲੈ ਇਹ ਗੱਲ ਕਰ, ਇਹਨਾਂ ਦੀ ਬਕਵਾਸ ਨਹੀਂ ਖਤਮ ਹੋਣੀ। ਗੱਡੀਆਂ ਗੱਡੀਆਂ ਕਹੇ ਇਦਾਂ ਲਾਈਨ ਲਾ ਦੇ, ਆਪਾਂ ਜਦੋਂ ਸਾਜਨ ਵੀਰੇ ਹੁਣੀ ਆ ਗਏ ਤੇ ਆਪਾਂ ਤੁਹਾਨੂੰ ਸਿੱਧਾ ਹੀ ਉਦੋਂ ਹੀ ਮਿਲਣਾ ਹੁਣ। ਤੁਹਾਨੂੰ ਪਤਾ ਸਾਡੇ ਨਿੱਕੇ ਭਰਾ ਨੂੰ ਕਹਿੰਦਾ ਸੀ ਮੈਨੂੰ ਸਪਲੈਂਡਰ ਚਾਹੀਦਾ, ਸਪਲੈਂਡਰ ਚਾਹੀਦਾ, ਪਰ ਨਾ ਜਿੱਦਾਂ ਦਾ ਉਹਨੂੰ ਚਲਾ ਕੇ ਦੇਖਿਆ ਨਾ, ਮੈਂ ਫੇਰ ਸਕੂਲੇ ਖੜਨਾ, ਵੇਖ ਲਾ ਮੈਨੂੰ ਕਰਾ ਦੀ ਹਾਂ, ਮੇਰੇ ਪਿੰਪਲ ਹੋ ਗਏ ਆ। ਇੱਕ ਦਿਨ ਨਾ ਮੰਮੀ ਪਤਾ ਮੈਨੂੰ ਕੀ ਕਹਿੰਦੀ, ਮੈਂ ਨਾ ਪੰਪਨ ਤੇਲ ਪਵਾਉਣ ਦੇ ਪ੍ਰੀਤੀ, ਜਿਹੜਾ ਵੀ ਲੱਗ ਗਿਆ ਮੋਟਰਸਾਈਕਲ ਕਰਿਆ ਗੌਰ ਨਾਲ ਸਾਰਾ ਮਹਿੰਦਾ ਨਾ, ਸਾਰੀ ਰਾਹ ਸੁਣਦੀ ਗਈ ਗੱਡੀ ਕੋ ਸਾਹਮਣੇ ਮੈਂ ਹੋਰ ਉੱਥੇ ਧੁੱਪੇ ਜਾ ਕੇ ਬਹਿ ਜਾ। ਅੱਛਾ
ਆਪ ਦਾ ਤੇਰਾ ਰੰਗ ਹੋਵੇ ਦਾ ਹੋਇਆ ਤੂੰ ਕੀ ਚਾਹੁੰਦਾ ਦੂਜਿਆਂ ਦਾ ਵੀ ਹੋ ਜਾਏ ਤੇ ਯਾਰ ਵੇਖੋ ਨਾ ਕਿੰਨਾ ਹੁਣ ਕਿੰਨਾ ਕੰਮ ਨਿਕਲਣ ਵਾਲਾ ਹੋ ਗਿਆ ਵਾ ਸੌਖੀ ਆ ਤੇਰਾ ਜਨਮ ਦਿਨ ਹੀ ਅੱਜ ਤੇਰੀ ਹੋਈ ਜਾਂਦੀ ਤੂੰ ਨਾ ਬੋਲ ਮੰਮੀ ਵਧਾਈਆਂ ਹੁਣ ਅੱਜ ਤੁਹਾਡੇ ਕੁੜੀ ਹੋਈ ਸੀ ਸਤਰੀ ਗਾ ਤਾਂ ਇਹਨੇ ਰਾਤੀ ਮੰਟਕਾ ਮੰਮੀ ਵਧਾਈ ਹੋਈ ਕੁੜੀ ਹੋਈ ਸੀ ਮੰਮੀ ਕਹਿੰਦੇ ਸੀ ਤੇ ਮੁੰਡਾ ਮੰਗਿਆ ਸੀ ਨਹੀਂ ਜਦੋਂ ਤੇਰੇ ਵਾਰੀ ਵੀ ਕੁੜੀ ਮੰਗੀ ਸੀ ਤੇ ਤੇਰੇ ਤੋਂ ਬਾਅਦ ਜਿਹੜਾ ਵੀਰ ਹੋਇਆ ਸੀ ਉਹਦੇ ਵਾਰੀ ਵੀ ਕੁੜੀ ਮੰਗੀ ਸੀ ਤੇ ਫਿਰ ਚਲੋ ਮੈਂ ਤੇ ਚਲੋ ਤੁਸੀਂ ਯਕੀਨ ਕਰੋਗੇ ਇਹ ਜਦੋਂ ਤਿੰਨੇ ਭਰਾ ਮੇਰੇ ਹੋਏ ਸੀ ਨਾ ਇਹਨਾਂ ਵਾਰੀ ਲੱਡੂ ਵੰਡੇ ਗਏ ਸੀ ਤੇ ਜਦੋਂ ਜੱਟ ਹੋਇਆ ਸੀ ਨਾ ਉਦੋਂ ਬਰਫੀ ਵੰਡੀ ਗਈ ਸੀ ਵਾਹ ਵਿਕਟਰਾ ਗਾਇਸ ਵਿਕਟਰਾ ਧੋਖਾ ਤੂੰ ਇਹ ਸਾਡੇ ਤੋਂ ਰਾਜ ਲਗਾ ਕੇ ਰੱਖਿਆ ਬੜੀ ਵਾਰੀ ਦੱਸਿਆ ਮੈਂ ਤਾਂ ਤੁਹਾਨੂੰ ਕਿ ਤੁਹਾਡੇ ਵਾਰੀ ਲੱਡੂ ਵੰਡੇ ਸੀ ਮੇਰੇ ਵਾਰੀ ਬਰਫੀ ਵੰਡੀ ਸੀ ਲੱਡੂਆਂ ਦਾ ਅਸਰ ਜਿਹੜਾ ਸਾਡਾ ਰੰਗ ਨੀ ਚਿੱਟਾ ਹੋਇਆ ਉਹਦੇ ਜੀ ਬਰਫੀ ਵੰਡੀ ਤੇਰਾ ਰੰਗ ਚਿੱਟਾ ਹੋ ਗਿਆ ਜੀ ਨਹੀਂ ਆਵੇ ਆਏ ਦਾ ਵੀ ਤੇ ਰੰਗ ਚਿੱਟਾ ਵਾ ਤੇਰਾ ਹੀ ਬਸ ਬੇੜਾ ਕਰ ਗਿਆ ਮੇਰੇ ਵੀ ਕਾਲੇ ਲੱਡੂ ਸੀ ਭਾਈ ਕਾਲਾ ਹੀ ਜਿਹੜਾ ਬਣਾਉਂਦੇ ਆ ਉਹਨਾਂ ਨੂੰ ਇਹਨਾਂ ਦੇ ਗੱਲਾਂ ਨਹੀਂ ਖਤਮ ਹੁੰਦੀਆਂ ਹਾਏ ਢਿੱਡ ਪੀੜ ਹੋਣ ਲੱਗ ਪਿਆ ਹੱਸ ਹੱਸ ਕੇ ਪਹਿਲਾਂ ਮੈਂ ਸੋਚਣੀ ਤੇਰੀ ਮੈਂ ਰੂਨ ਸ਼ਰਟ ਪਾਵਾਂ ਫਿਰ ਨਹੀਂ ਮੈਂ ਕਿਹਾ ਇਹਦਾ ਜ਼ਿਆਦਾ ਮੇਰੇ ਨਿਆਣੇ ਨਾ ਮੈਂ ਬਰਫ ਵੰਡ ਨਹੀਂ ਕਰਦੇ ਇਕੱਲੇ ਇਕੱਲੇ ਡੂੰਘਾ ਦੇ ਗਿਆ ਬਰਫ ਦਾ ਕਿਨਾਣੇ ਦੇ ਵਿੱਚ ਆਖੀ ਕਹਿੰਦਾ ਬਰਫ ਵਰਗੂ ਲਿਸ਼ਕਣਗੇ ਚੱਟੇ ਦੁੱਧ ਡਰ ਗਈ ਪਨੀਰ ਦੇ ਆਈ ਸਾਰਿਆਂ ਪਨੀਰ ਦੇ ਕਹੇ ਨਾ ਕੰਮ ਵੀ ਆਊਗਾ ਵਾਟਰ ਕੂਲਰ ਤੇ ਹੋਏ ਕਿ ਡੂੰਘਾ ਛੱਡਾਂਗੇ ਤੇ ਬਰਫ ਠੰਡਾ ਪਾਣੀ ਪੀਣਗੇ ਸੀਸਾਂ ਦੇ ਦੇਣਗੇ ਪਨੀਰ ਦੇ ਕਹਿੰਦੇ ਦੋ ਦਿਨ ਰੋਟੀ ਤੇ ਖਾਣਗੇ ਸਾਡੇ ਵਰਗੇ ਜਿੱਦਾਂ ਦੇ ਸਾਡੇ ਲੱਛਣ ਆਣ ਗਏ ਨੇ ਕੁੜੀ ਨਹੀਂ ਮੰਮੀ ਜਿੰਨੇ ਵਲੌਗ ਚ ਸਤੀਫ ਬਣਦੇ ਆ ਨਾ ਇੰਨੇ ਸੱਚੀ ਨੀ ਚ ਹੈਗੇ ਚਲੋ ਮਿਲਦੇ ਆ ਮੇਨਾ ਤੇ ਹੋਣੀ ਤਿੰਨਾਂ ਪਿੰਡਾਂ ਚ ਅਰਦਾਸ ਕਰਾਉਣੀ ਪੈਣੀ ਤੇ ਜਾ ਕੇ ਕਹਿੰਦੇ ਕਹਿਣਾ ਨਹੀਂ ਨਹੀਂ ਹਾਥੀ ਵੀ ਹੈਗੀ ਓਕੇ ਬਾਏ ਗਾਇਸ ਸੁੱਖੂ ਵੀਰ ਹੁਣੀ ਰੁਕ ਜਾ ਸੁੱਖੂ ਗੱਲਾਂ ਆਇਆ ਸਵੇਰ ਦਾ ਸਿਰਫ ਮੈਂ ਇੱਕ ਬੰਦੇ ਨੂੰ ਸਵੇਰ ਦੀ ਰੱਖੜੀ ਬੰਨੀ ਉਹ ਵੀ ਸੁੱਖੂ ਨੂੰ ਬੰਨੀ ਹੋਰ ਕਿਸੇ ਨੂੰ ਨਹੀਂ ਉਹ ਆਉਂਦੇ ਆ ਤੇ ਚਲ ਜਾਂਦੇ ਆ ਆਉਂਦੇ ਆ ਤੇ ਚਲ ਜਾਂਦੇ ਆ ਮਤਲਬ ਕਿ ਉਹਨਾਂ ਨੂੰ ਭੈਣ ਨਾਲੋਂ ਜ਼ਿਆਦਾ ਜ਼ਰੂਰੀ ਉਹ ਵਾ ਗੇਮ ਉਹ ਜਿਹੜਾ ਵਿਚਾਰਾ ਬਾਹਰ ਬੈਠਾ ਰਾਜਾ ਉਹ ਤਰਸਣ ਦਿਆ ਵਾ ਕਿ ਮੈਂ ਰੱਖੜੀ ਬਣਵਾਵਾਂ ਤੇ ਜਿਹੜੇ ਇੱਥੇ ਆ ਤੇ ਉਹਨਾਂ ਨੂੰ ਕੋਈ ਫਿਕਰ ਨਹੀਂ ਆ ਕੋਈ ਮਤਲਬ ਨਹੀਂ ਮੇਰੇ ਭਰਾਵਾਂ ਨੂੰ ਮੇਰੀ ਜਮਾਂ ਕਦਰ ਨਹੀਂ ਹੈ ਮੈਂ ਅੱਜ ਰਿਲਾਈਜ਼ ਕਰ ਲਿਆ ਵਾਂ ਚਲੋ ਹਾਂ ਜਿਹੜੇ ਆਪਾਂ ਨੂੰ ਅੱਜ ਸੁੱਖ ਨਾਲ ਫਸਟ ਟਾਈਮ ਰੱਖੜੀ 'ਤੇ ਗਿਫਟ ਮਿਲਿਆ ਮੈਨੂੰ ਉਹ ਵੀ ਸੁੱਖ ਵੀਰੇ ਨੇ ਦਿੱਤਾ ਥੈਂਕ ਯੂ ਸੋ ਮੱਚ ਵੀਰੇ ਮੈਂ ਤੈਨੂੰ ਮੂੰਹ 'ਤੇ ਨਹੀਂ ਕਿਹਾ ਪਰ ਮੈਂ ਤੈਨੂੰ ਹੁਣ ਕਹਿ ਦਿੰਦੀ ਹਾਂ ਥੈਂਕ ਯੂ ਸੋ ਮੱਚ ਗਾਈਜ਼ ਅਤੇ ਹੋਰ ਮੈਂ ਕੀ ਦੱਸਣਾ ਸੀ ਹਾਂ ਸਾਡੀ 6 ਵਜੇ ਦੀ ਪਾਰਟੀ ਸੀ ਅਤੇ 5:30 ਹੋ ਗਏ ਹੋਣੇ ਆ ਅਤੇ ਮੇਰੇ ਭਰਾ ਅਜੇ ਤਿੱਕਰ ਨਹੀਂ ਆਏ ਖੇਡ ਖੂਡ ਕੇ ਚਲੋ ਤੂੰ ਬਣਵਾਉਣੀ ਰੱਖੜੀ ਕਿ ਨਹੀਂ ਆ ਜਿਹੜਾ ਘਰ ਬੈਠਾ ਉਹਨੇ ਵੀ ਨਹੀਂ ਬਣਵਾਈ ਸਵੇਰ ਦੀ ਮੇਰੀ ਤਾਂ ਕਦਰ ਨਹੀਂ ਹੈਗੀ ਇਸ ਘਰ 'ਚ ਕੋਈ ਵੀ ਮੈਂ ਚਿੱਟੀ ਕਿਉਂ ਆ ਗਈ ਚਲੋ ਮੈਨੂੰ ਤਾਂ ਸਮਝ ਲੱਗਣੀ ਮੈਂ ਵਲੌਗ ਕਿੱਦਾਂ ਬਣਾਉਣੇ ਆ ਕਿ ਵਿੱਚੇ ਮੈਂ ਰੱਖੜੀ ਦਾ ਪਹਿਲਾਂ ਮੇਰਾ ਇਰਾਦਾ ਸੀ ਕਿਸੇ ਸ਼ਾਮਾਂ ਤੱਕ ਇਹਦਾ ਐਂਡ ਹੋ ਜਾਣਾ ਵਾ ਸਾਫ ਡੇ ਕਰਨਾ ਮਾੜਾ ਜਿਹਾ ਅਤੇ ਬਰਥਡੇ ਦਾ ਸ਼ਾਮਾਂ ਨੂੰ ਸ਼ੁਰੂ ਕਰਨਾ ਵਾ ਅਤੇ ਉਦੋਂ ਤੱਕ ਹਾਂ ਹੋ ਜਾਣਾ ਵਧੀਆ ਪਰ ਵਿੱਚੇ ਬਰਥਡੇ ਵਿੱਚੇ ਰੱਖੜੀ ਚਲੋ ਵੇਖਦੇ ਹੁਣ ਕੀ ਬਣਦਾ ਵਾ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਅੱਗੇ ਓਕੇ ਗਾਈਸ ਅੱਜ ਦਾ ਦਿਨ ਸਾਰਾ ਖਤਮ ਹੋ ਗਿਆ ਵਾ ਅਤੇ ਮੇਰੇ ਭਰਾਵਾਂ ਨੇ ਮੇਰੇ ਤੋਂ ਰੱਖੜੀ ਨਹੀਂ ਬਣਵਾਈ ਵਾਓ ਖੇਡਣ ਦਾ ਟਾਈਮ ਨਹੀਂ ਸੀ ਹੈਗਾ ਉਹ ਮੈਚ ਖੇਡਣ ਡੇ ਸੀ ਉਹਨਾਂ ਨੂੰ ਮੈਚ ਜ਼ਿਆਦਾ ਪਿਆਰੇ ਆ ਮੇਰਾ ਕੋਈ ਮਤਲਬ ਨਹੀਂ ਹੈਗਾ ਅਤੇ ਹੁਣ ਸਿੱਧਾ ਮਤਲਬ ਕਿ ਹੁਣ ਜਾਣਾ ਬਰਥਡੇ ਸੈਲੀਬ੍ਰੇਟ ਕਰਨ ਅੱਧੀ ਰਾਤ ਨੂੰ ਅਤੇ ਹੁਣ ਉੱਥੇ ਜਾਣਾ ਵਾ ਅਤੇ ਮੈਂ ਸੋਚਿਆ ਚਲੋ ਵਲੌਗ ਦੀ ਐਂਡਿੰਗ ਕੱਢ ਦਈਏ ਬਰਥਡੇ ਦਾ ਸਟਾਰਟ ਕਰੀਏ ਜਿਵੇਂ ਮੈਂ ਸੋਚਿਆ ਸੀ ਉਵੇਂ ਦਾ ਕੁਛ ਨਹੀਂ ਹੋਇਆ ਰੋ ਲਿਆ ਮੈਂ 2-3 ਵਜੇ ਸਵੇਰ ਦਾ ਬਸ ਠੀਕ ਆ ਮਨਾਈ ਗਈ ਰੱਖੜੀ ਹੁਣ ਬਰਥਡੇ 'ਤੇ ਸੈਲੀਬ੍ਰੇਟ ਕਰਨ ਜਾਣਾ ਵਾ ਹੁਣ ਆਉਣ ਲੱਗੇ ਆ ਯਕੀਨ ਕਰੋਗੇ ਤੁਸੀਂ ਚਲੋ ਗਾਈਸ ਹੋਪਫੁਲੀ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ ਵੈਸੇ ਇਸ ਵਲੌਗ 'ਚ ਹੈਗਾ ਕਿਸੇ ਨੂੰ ਤਾਂ ਆਪ ਨਹੀਂ ਪਤਾ ਸਿਰਫ ਇੱਕ ਵੀਰ ਨੂੰ ਰੱਖੜੀ ਬੰਨੀ ਹੋਰ ਕਿਸੇ ਨੂੰ ਚਲੋ ਮਿਲਦੇ ਹਾਂ ਆਪਾਂ ਤੁਹਾਨੂੰ ਬਰਥਡੇ ਵਾਲੇ ਵਲੌਗ ਦੇ ਵਿੱਚ ਬਾਏ ਗਾਈਸ ਬਾਏ 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 ਬਣੇ ਵਾਲਾ ਵਲੌਗ ਜ਼ਰੂਰ ਵੇਖਿਓ ਬਹੁਤ ਹਾਸਿਆਂ ਵਾਲਾ ਹੋਣਾ ਵਾ ਇਸ ਕਰਕੇ ਜ਼ਰੂਰ ਵੇਖਿਓ
ਮੈਂ ਕਿਹਾ ਇੱਕ ਮਸਤੀ ਕਰਨੀ ਤੇ ਪਹਿਲੇ ਨੰਬਰ ਤੇ ਰੱਖਣ ਦੀ ਥੱਲੇ ਨੰਬਰ ਤੇ।